ਆ ਕੁਸ਼ਤੀ ਹੋ ਰਹੀ ਆ ਮੈਦਾਨ ਦੇ ਅੰਦਰ। ਇਹ ਦੇਖ ਲੈ ਲੱਖਾਂ ਦੇ ਦਾਦਿਆਂ ਦੀ ਬੜੀ ਅਪਰਪਾਰ ਕਿਰਪਾ ਹੈ। ਦਰਸ਼ਕ ਵੀਰ ਵੀ ਮਾਯੂਸ ਨਹੀਂ ਹੁੰਦੇ ਹੈਗੇ, ਫਿਰ ਲਾ ਲੈ ਜ਼ੋਰ ਹੁਣ ਜਰਾ ਕੇ। ਇੱਕ ਪਾਸੇ ਦੇਖ ਲੈ ਡੀ ਗੱਡੀ ਹੈ, ਦੂਜੇ ਪਾਸੇ ਮੋਟਰਸਾਈਕਲ ਹੈ। ਪਤਾ ਲੱਗ ਜੂਗਾ ਅੱਜ ਖਾਧੀ ਆ ਖੁਰਾਕਾਂ ਦਾ ਮੈਦਾਨਾਂ 'ਚ। ਬਹੁਤ ਹੀ ਵਧੀਆ ਕੁਸ਼ਤੀ ਚੱਲ ਰਹੀ ਹੈ ਮੈਦਾਨ ਦੇ ਅੰਦਰ, ਪੂਰਾ ਲੱਗਾ ਹੋਇਆ ਜ਼ੋਰ ਹੈ ਜਿਹਨਾਂ ਪਹਿਲਵਾਨਾਂ ਦਾ। ਬਹੁਤ ਹੀ ਵਧੀਆ, ਮਾਰੋ ਤਾੜੀ ਬੋਲਾ ਪਹਿਲਵਾਨਾਂ ਨੂੰ, ਕਰੋ ਗਰਮ ਜਰਾ ਕੇ। ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ, ਪੂਰਾ ਲੱਗਾ ਹੋਇਆ ਜ਼ੋਰ ਦਾ ਪਹਿਲਵਾਨਾਂ ਦਾ। ਮੇਲਾ ਵੀ ਭਰ ਗਿਆ, ਪੂਰੀ ਜਨਤਾ ਖੁਸ਼ ਹੈ, ਪੂਰੇ ਦਰਸ਼ਕ ਵੀਰ ਵੀ ਕੁਸ਼ਤੀ ਦਾ ਆਨੰਦ ਲੈ ਰਹੇ ਹੈ। ਨਾਲ ਲੱਗਾ ਹੋਇਆ ਜ਼ੋਰ ਹੈ, ਇਹ ਭਲਵਾਨ ਤਾਂ ਸਾਡੇ ਪਿੰਡ ਵਾਲੇ ਸ਼ਿੱਦੀ ਨਾਲ ਚਾਹੀਦਾ ਤਾ, ਬਰਾਬਰ ਦੀ ਟੱਕਰ ਹੋਣੀ ਦੀ ਕਾਟੇਦਾਰ ਹੈ। ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ, ਸੱਟ ਚੋਟ ਨਹੀਂ ਲਗਾਉਣੀ, ਜਿੱਤ ਹਾਰ ਉਸ ਪਰਮਾਤਮਾ ਦੇ ਹੱਥ ਹੋਣ ਵਾਲੀ ਗੱਲ ਹੈ। ਭਲਵਾਨ ਕੋਈ ਵੀ ਟੀ ਪਟਿਆਲਾ, ਇਹ ਪਹਿਲਵਾਨ ਵੀ ਤਿਆਰ ਵਾਰ ਤਿਆਰ ਹੋ ਜਾਓ ਜੀ। ਬਹੁਤ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ। ਉੱਧਰ ਭਗਤ ਸੇਵ ਲਾਲ ਜੀ ਮੱਲੀ ਵੀ ਅੱਜ ਖੁਸ਼ ਹੈ, ਕਹਿੰਦੇ ਲੱਖਾਂ ਦਾਤਿਆਂ ਦਾ ਅਸੀਰ ਭਰਿਆ ਹੱਥ, ਅੱਜ ਇਹਨਾਂ ਦੇ ਸਿਰ ਤੇ ਕੁਸ਼ਤੀ ਕਾਂਟੇਦਾਰ ਚੱਲ ਰਹੀ ਹੈ। ਚੱਲ ਲੈਣ ਦੋ, ਕਹਿੰਦੇ ਕੁਸ਼ਤੀ ਵਧੀਆ ਲੱਗਦੀ, ਚੱਲ ਲੈਣ ਦੋ ਕੁਸ਼ਤੀ ਨੂੰ, ਹੁਣ ਦੋ ਜੇ ਤਾਰ ਦਾ ਫੈਸਲਾ। ਕੋਈ ਗੱਲ ਨਹੀਂ, ਜੇ ਅੱਧਾ ਘੰਟਾ ਲੇਟ ਹੋ ਗਏ, ਲਾਈਟਾਂ ਦਾ ਪ੍ਰਬੰਧ ਪੂਰਾ ਹੈ, ਚੱਲਣ ਦੋ ਕੁਸ਼ਤੀ। ਮਾੜੇ ਦਾ ਦਰਸ਼ਕਾਂ ਦਾ ਆਨੰਦ ਆ ਰਿਹਾ ਕੁਸ਼ਤੀ ਦਾ, ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ, ਪੂਰਾ ਲੱਗਾ ਹੋਇਆ ਜ਼ੋਰ ਹੈ। ਬਹੁਤ ਹੀ ਵਧੀਆ ਕੁਸ਼ਤੀ ਚੱਲ ਰਹੀ ਮੈਦਾਨ ਦੇ ਅੰਦਰ। ਪਹਿਲਵਾਨ ਵੀਰੋ ਮਾੜ ਜਾਂਦੀ, ਇੱਕ ਮਿੰਟ ਹੋਲੀ ਵੀਰ, ਇੱਕ ਮਿੰਟ। ਆਹ ਕੁਸ਼ਤੀ ਚੱਲਦੀ ਹੈ, ਜਿਹੜਾ ਭਲਵਾਨ ਇਹਨਾਂ ਦਾ ਜਿੱਤੂਗਾ, ਨਿਰਮੀ ਮੱਲੀ ਵਾਲਾ 100 ਰੁਪਇਆ ਆ ਗਿਆ। ਮਾਰੋ ਜਰਾ ਤਾੜੀ, ਹਲਕੀ ਜੀ ਕੁੜੀ ਹੈ, 100 ਰੁਪਇਆ ਭਗਤ ਸੇਵ ਲਾਲ ਜੀ ਮੱਲੀ ਵੱਲੋਂ, ਮਾਰੋ ਤਾੜੀ ਕਰਾਓ ਕੁਸ਼ਤੀ ਸ਼ੁਰੂ। 200 ਰੁਪਇਆ ਲੱਗ ਗਿਆ, ਜਿਹੜਾ ਭਲਵਾਨ ਜਿੱਤਦਾ ਉਹਨੂੰ ਮਿਲਣਾ। ਹਾਂਜੀ ਬਾਬੂ ਸ਼੍ਰੀ ਰਾਮ ਜੀ ਬਜਾੜ ਝਾਂਡੀ ਵਾਲੇ ਕਹਿੰਦੇ 100 ਰੁਪਇਆ ਮੇਰੇ ਵੱਲੋਂ, 300 ਰੁਪਇਆ ਹੋ ਗਿਆ। ਮਾਰੋ ਜਿੱਤ ਹਾਰ ਦਾ ਫੈਸਲਾ ਹੋ ਗਿਆ। ਅਗਲੀ ਕੁਸ਼ਤੀ ਦੇ ਪਹਿਲਵਾਨ ਸੁਹਾਣਾ ਬੜਾ ਮੰਨਿਆ ਨਾਮੀ ਭਲਵਾਨ ਹੈ, ਦੂਜੇ ਪਾਸੇ ਸੈਂਟੀ ਪਟਿਆਲਾ ਵੀ ਕਿਸੇ ਤੋਂ ਘੱਟ ਨਹੀਂ ਹੈ। ਕੁਸ਼ਤੀ ਬੜੀ ਕਾਂਟੇਦਾਰ ਹੋਣੀ ਹੈ, ਜਿੱਥੇ ਸੋਨੀ ਸੁਹਾਣਾ ਜੱਖਿਆਲ ਦੀ ਧਰਤੀ ਤੇ ਲੱਖ ਲੱਖ ਰੁਪਏ ਦੀ ਕੁਸ਼ਤੀ ਲੜਦਾ ਹੈ, ਉੱਥੇ ਸੰਨੀ ਪਟਿਆਲਾ ਵੀ ਕਿਸੇ ਤੋਂ ਘੱਟ ਨਹੀਂ। ਇਸਨੇ ਵੀ ਪਿਛਲੇ ਵਾਰ ਜੱਖਿਆਲ ਦੀ ਧਰਤੀ ਤੇ 71,000 ਰੁਪਏ ਦੀ ਕੁਸ਼ਤੀ ਲੜੀ ਸੀ। ਸੋ ਹਾਂਜੀ ਇੱਕ ਮਿੰਟ ਆ ਲੈ, ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ। ਸੋ ਸਾਡੇ ਕੋਲ ਪਹੁੰਚੇ ਭਗਤ ਗੁਰਚਰਨ ਦਾਸ ਜੀ ਮਿਲੂ, ਇਹਨਾਂ ਦਾ ਵੀ ਧੰਨਵਾਦ ਹੈ, ਜਿਹੜੇ ਧੰਨ ਧੰਨ ਸਤਿਗੁਰ ਡੋਲੂ ਵਾਲੇ ਮਹਾਰਾਜ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਇਸ ਨਗਰ ਦੇ ਵਿੱਚ ਪਿਆਰੇ ਨੇਤਾ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇਵਾਲ ਬੈਠਾ, ਉਹ ਵੀ ਪਹੁੰਚ ਗਏ, ਉਹਨਾਂ ਨੂੰ ਵੀ ਵੱਡੇ ਮਾਣ ਸਤਿਕਾਰ ਦੇ ਨਾਲ ਇਸ ਚਿੰਨ੍ਹ ਮੇਲੇ ਵਿੱਚ ਲਿਆ ਜਾ ਰਿਹਾ। ਬਹੁਤ ਹੀ ਵਧੀਆ ਇੱਕ ਕਾਂਟੇਦਾਰ ਕੁਸ਼ਤੀ ਸ਼ੁਰੂ ਹੋ ਗਈ ਹੈ। 17 ਸਾਲ ਮੇਰੇ ਸੁੱਖ ਦੇ ਬੀਤ ਗਏ, ਸਾਲ 16 ਚੜ੍ਹ ਨਹੀਂ ਗਿਆ, ਫਿਰ ਨਾਲ ਟੋਟੀਆਂ ਵਾਲਾ ਲੜ ਨਹੀਂ ਗਿਆ। ਇਹ ਕਾਂਟੇਦਾਰ ਕੁਸ਼ਤੀ ਹੋਣੀ ਹੈ, ਸੋਨੀ ਸੁਹਾਣਾ ਸ਼ੈਂਟੀ ਪਟਿਆਲਾ, ਦੋਨੇ ਮੱਲ ਭਲਵਾਨੀ ਦੀ ਕੁਸ਼ਤੀ ਵਾਸਤੇ, ਪਟਕੇ ਦੀ ਕੁਸ਼ਤੀ ਵਾਸਤੇ ਐਨ ਖੇਡੇ ਤਿਆਰ ਵਾਰ ਤਿਆਰ ਹੈ। ਪੂਰਾ ਲੱਗਾ ਹੋਇਆ ਜ਼ੋਰ ਹੈ ਦੋਨਾਂ ਭਲਵਾਨਾਂ ਦਾ। ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ, ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਅੰਦਰ ਚੱਲ ਰਹੀ ਹੈ, ਪੂਰਾ ਲੱਗਾ ਹੋਇਆ ਜ਼ੋਰ ਹੈ। ਸਿੱਧੀ ਭਾਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜੈਪਾਲ ਜੀ ਆ ਰਹੇ, ਉਹਨਾਂ ਨੂੰ ਵੀ ਗੇਟ ਤੋਂ ਰਿਸੀਵ ਕਰੋ। ਜਿਹਨਾਂ ਨੇ ਅੱਜ ਛਿੰਝ ਮੇਲੇ ਦੇ
ਹਨਾਮਾ ਦੀ ਵੰਡ ਕਰਨੀ ਹੈ ਜੈਪਾਲ ਬਜਾੜ ਕੋਟ ਟਰਾਂਸਪੋਰਟ ਸਾਡਾ ਵੀਰ ਉਹ ਵੀ ਪਹੁੰਚ ਰਿਹਾ ਸੁਰਿੰਦਰ ਮੱਲੀ ਜੀ ਗੇਟ ਤੇ ਜਾਓ ਮੇਨ ਗੇਟ ਤੇ ਉਹਨਾਂ ਨੂੰ ਬੜੇ ਮਾਣ ਸਨਮਾਨ ਦੇ ਨਾਲ ਲੈ ਕੇ ਜਾਓ ਇੱਕ ਢੋਲੀ ਲੈ ਜਾਓ ਨਾਲ ਕਿਉਂਕਿ ਜਿਹਨਾਂ ਨੇ ਅੱਜ ਸਿੰਘ ਮੇਲੇ ਦੀ ਹਨਾਮਾ ਦੀ ਵੰਡ ਕਰਨੀ ਹੈ ਹਾਂ ਮੇਨ ਗੇਟ ਤੇ ਜਾਓ ਜੀ ਮੇਨ ਗੇਟ ਤੇ ਮੰਦਿਰ ਵੱਲ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਕਾਂਟੇਦਾਰ ਕੁਸ਼ਤੀ ਚੱਲ ਰਹੀ ਹੈ ਇੱਕ ਪਾਸੇ ਸੋਨੀ ਸੁਹਾੜਾ ਦੂਜੇ ਪਾਸੇ ਸੰਨੀ ਪਟਿਆਲਾ ਦੋਨੇ ਮੱਲ ਨਾਮੀ ਹੈ ਜਿੱਤ ਹਾਰ ਉਸ ਪਰਮਾਤਮਾ ਦੇ ਹੱਥ ਹੋਣ ਵਾਲੀ ਗੱਲ ਹੈ ਕਹਿੰਦੇ ਅਖਾੜੇ ਦੇ ਵਿੱਚ ਕੱਪੜੇ ਖੋਲ ਕੇ ਆਉਣਾ ਵੀ ਇੱਕ ਹੌਸਲੇ ਵਾਲੀ ਗੱਲ ਹੁੰਦੀ ਹੈ ਕਿਉਂਕਿ ਜਿੱਤ ਹਾਰ ਜਿਹੜੀ ਹੈ ਉਹ ਪਰਮਾਤਮਾ ਪਰਮਾਤਮਾ ਦੇ ਹੱਥ 'ਚ ਹੈ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰ ਖੇਡ ਫਕੀਰਾ ਜਿੱਤ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਹਾਰਾਂ ਦੇ ਵਿੱਚੋਂ ਹੀਰੇ ਤਰਾਸ਼ੇ ਜਾਂਦੇ ਹੈ ਭਾਜੀ ਪਰਚੀ ਪਹਿਲਾਂ ਕਮੇਟੀ ਤੋਂ ਸੈਨ ਕਰਾ ਕੇ ਲਿਆਓ ਫਿਰ ਫੜਾਂਗੇ ਸਾਡੇ ਸਿੰਘ ਮੇਲੇ ਦੇ ਵਿੱਚ ਸਾਡੇ ਕੋਲ ਪਹੁੰਚੇ ਹਰਜੀਤ ਸਿੰਘ ਜੀ ਸਰਕਰ ਪ੍ਰਧਾਨ ਗੜ ਸ਼ੰਕਰ ਸਰਦਾਰ ਨਾਗਪਾਲ ਜੀ ਸ਼ਹਿਰੀ ਪ੍ਰਧਾਨ ਬਲਵੀਰ ਸਿੰਘ ਜੀ ਬਲਾਕ ਸੰਮਤੀ ਮੈਂਬਰ ਹਾਜੀਪੁਰ ਸੋ ਸਾਰੇ ਹੀ ਸਾਡੇ ਇਹਨਾਂ ਮੁੱਖ ਮਹਿਮਾਨਾਂ ਦਾ ਸਿੰਘ ਮੇਲੇ 'ਚ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਹੈ ਲੱਖ ਦਾਤਾ ਪੀਰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਮਾਂ ਜੀ ਸਾਡੇ ਵਿਚਕਾਰ ਪਹੁੰਚੇ ਸਾਡੇ ਵੱਡੇ ਵੀਰ ਜੈਪਾਲ ਜੀ ਬਜਾੜ ਕੋਟ ਤੋਂ ਟਰਾਂਸਪੋਰਟ ਵੀਰ ਜਿਨ੍ਹਾਂ ਨੇ ਅੱਜ ਸਿੰਘ ਮੇਲੇ ਦੇ ਨਾਮਾਂ ਦੀ ਵੰਡ ਕਰਨੀ ਹੈ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਕਰ ਰਹੀ ਹੈ ਫੈਸਲਾ ਜਿੱਤ ਹਾਰ ਦਾ ਹੋਣਾ ਹੈ ਦੋਨੇ ਪਹਿਲਵਾਨ ਮਾਲੀ ਦੇ ਹੱਕਦਾਰ ਹੈ ਸੋਨੀ ਸੁਹਾੜਾ ਵੀ ਕਿਸੇ ਨਾਲੋਂ ਘੱਟ ਨਹੀਂ ਪੂਰਾ ਲੱਗਾ ਹੋਇਆ ਜ਼ੋਰ ਹੈ ਦੋਨਾਂ ਪਹਿਲਵਾਨਾਂ ਦਾ ਜਿੱਤ ਹਾਰ ਪਰਮਾਤਮਾ ਦੇ ਹੱਥ ਹੋਣ ਵਾਲੀ ਗੱਲ ਹੈ ਪੂਰਾ ਲੱਗਾ ਹੋਇਆ ਜ਼ੋਰ ਦੋਨਾਂ ਪਹਿਲਵਾਨਾਂ ਦਾ ਰੈਫਰੀ ਸਾਹਿਬਾਨ ਵੀ ਪੂਰੀ ਪਹਿਲੀ ਨਿਗਾਹ ਦੇ ਨਾਲ ਦੇਖ ਰਹੇ ਕਿਉਂਕਿ ਇੱਕ ਡਿਸੀਜਨ ਵੀ ਗਲਤ ਕਿਸੇ ਪਹਿਲਵਾਨ ਨੂੰ ਅੱਗੇ ਜਾਣ ਤੋਂ ਰੋਕ ਸਕਦਾ ਹੈ ਬਹੁਤ ਹੀ ਵਧੀਆ ਸੋਨੀ ਸੁਹਾੜਾ ਬਹੁਤ ਹੀ ਵਧੀਆ ਜੱਜਮੈਂਟ ਰੈਫਰੀ ਸਾਹਿਬ ਦੀ ਹੋਣੀ ਹੈ ਹਜੇ ਕੋਈ ਰਿਜ਼ਲਟ ਆਇਆ ਨਹੀਂ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਅੰਦਰ ਚੱਲ ਰਹੀ ਤਾੜੀ ਮਾਰੋ ਇੱਕ ਵਾਰ ਜ਼ੋਰਦਾਰ ਦੋਨਾਂ ਪਹਿਲਵਾਨਾਂ ਵਾਸਤੇ ਪੂਰਾ ਲੱਗਾ ਹੋਇਆ ਜ਼ੋਰ ਦੋਨਾਂ ਪਹਿਲਵਾਨਾਂ ਦਾ ਅੱਪਰ ਸੋਨੀ ਸੋਹੜਾ ਥੱਲੇ ਸ਼ਾਂਤੀ ਪਟਿਆਲਾ ਜੱਜਮੈਂਟ ਰੈਫਰੀ ਸਾਹਿਬ ਦੀ ਹੋਣੀ ਹੈ ਹਜੇ ਕੋਈ ਫੈਸਲਾ ਨਹੀਂ ਆਇਆ ਪੂਰਾ ਲੱਗਾ ਹੋਇਆ ਜ਼ੋਰ ਹੈ ਦੋਨਾਂ ਪਹਿਲਵਾਨਾਂ ਦਾ ਬਹੁਤ ਹੀ ਵਧੀਆ ਕੁਸ਼ਤੀ ਇੱਕ ਵਾਰ ਦੋਨਾਂ ਪਹਿਲਵਾਨਾਂ ਵਾਸਤੇ ਮਾਰੋ ਤਾੜੀ ਜ਼ੋਰਦਾਰ ਹੈ ਏਦਾਂ ਦੀਆਂ ਕੁਸ਼ਤੀਆਂ ਦਰਸ਼ਕ ਵੀਰ ਪਸੰਦ ਕਰਦੇ ਹੈ ਐਨ ਪੂਰਾ ਲੱਗਾ ਹੋਇਆ ਜ਼ੋਰ ਹੈ ਲਓ ਜੀ ਕੁਸ਼ਤੀ ਸੋਨੀ ਸੁਹਾੜਾ ਨੇ ਜਿੱਤ ਲਈ ਹੈ ਬਹੁਤ ਹੀ ਵਧੀਆ ਮਾਰੋ ਤਾੜੀ ਇੱਕ ਵਾਰ ਸੋਨੀ ਸੁਹਾੜਾ ਦੇ ਨਾਂ ਤੇ ਵੱਡਾ ਬੜਾ ਮੱਲ ਹੈ ਕਈ ਸਿੰਜੇ ਦਾ ਅਨਾਮੀ ਪਹਿਲਵਾਨ ਹੈ ਜਿੱਥੇ ਕੱਲ ਭਗਜੀਆਂ ਨੇ ਕਿਹਾ ਤਾਂ ਹਰਿਆਣੇ ਤੋਂ 10-15 ਪਹਿਲਵਾਨ ਮੰਗਵਾਉਣੇ ਹੈ ਆਹ ਤੁਸੀਂ ਪਹਿਲੀ ਕੁਸ਼ਤੀ ਦੇਖ ਲਈ ਅਗਲੀ ਕੁਸ਼ਤੀ ਫਿਰ ਨਵਾਂ ਸ਼ਹਿਰ ਕਰਾਓ ਜੀ ਜਰਮਨ ਜੀਰਾ ਮਨੀ ਕੁਰਾਲੀ ਕੁਸ਼ਤੀ ਸ਼ੁਰੂ ਕਰੋ ਜੀ ਹਾਂਜੀ ਯਾਰ ਤੂੰ ਕਰਨਾ ਕਰ ਦੇਣਾ ਤਾਂ ਕਰਨਾ ਤੇਰਾ ਨਾਮ ਬੋਲਦਾ ਰਵਿੰਦਰ ਸਿੰਘ ਮਤਿਆਣਾ ਮਿੱਟੀ ਦੀ ਬੋਰੀ ਭਰ ਕੇ ਆਪਣੇ ਦੰਦਾਂ ਨਾਲ ਚੱਕੇਗਾ ਇਹਦੀ ਖੇਡ ਵੀ ਦੇਖਣੀ ਦਰਸ਼ਕ ਵੀਰਾਂ ਨੇ ਲਓ ਜੀ ਮਾਰ ਦੋ ਤਾੜੀ ਜ਼ੋਰਦਾਰ ਹੈ ਲੈ ਲੈ ਚੱਕ ਕੇ ਦਿਖਾਉਂਦੀ ਬੋਰੀ ਅੱਜ ਕੱਲ੍ਹ ਦੇ ਗੱਭਰੂਆਂ ਤੇ ਤਾਂ ਮੇਰੇ ਹਿਸਾਬ ਨਾਲ ਬਰੇਡਾਂ ਦਾ ਪੈਕਟ ਨਹੀਂ ਚੱਕ ਹੋਣਾ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਅਗਲੀ ਕੁਸ਼ਤੀ ਦੇ ਪਹਿਲਵਾਨ ਵੀ ਤਿਆਰ ਵਾਰ ਤਿਆਰ ਹੋ ਗਏ ਜੀ ਨਿਰਮਲ ਨੂਰਪੁਰ ਹਰਮਨ ਜੀਰਾ ਰਾਜੂ ਜਲੰਧਰ ਚਰ ਨਵਾਂ ਸ਼ਹਿਰ ਗੁਰਜੀਤ ਮਕਰੌੜ ਰਣਜੀਤ ਲੀਲਾ ਇਹ ਪਹਿਲਵਾਨ ਵੀ ਤਿਆਰ ਵਾਰ ਤਿਆਰ ਹੋ ਜਾਓ ਜੀ ਕਰਾਓ ਜੀ ਕੁਸ਼ਤੀ ਸ਼ੁਰੂ ਇਸ ਤੋਂ ਅਗਲੀ ਕੁਸ਼ਤੀ ਰਾਜੂ ਜਲੰਧਰ ਚਰ ਨਵਾਂ ਸ਼ਹਿਰ ਇਹ ਪਹਿਲਵਾਨ ਵੀ ਹੈ
ਕਟਾਂ ਦੀ ਕਟਾਂ ਦੇ ਆਈ ਹੋ ਗਈ ਕਿ ਚੱਲਦੀ ਚੱਲਦੀ ਹੈ ਵਧੀਆ ਕੁਸ਼ਤੀਆਂ ਮੈਦਾਨ ਦੇ ਅੰਦਰ ਚੱਲ ਰਹੀਆਂ ਸੋ ਦਰਸ਼ਕ ਵੀਰ ਵੀ ਪੂਰਾ ਆਨੰਦ ਲੈ ਰਹੇ ਬਹੁਤ ਹੀ ਵਧੀਆ ਕੁਸ਼ਤੀਆਂ ਮੈਦਾਨ ਦੇ ਅੰਦਰ ਚੱਲ ਰਹੀਆਂ ਪੀਰ ਮਹਾਰਾਜ ਦੀ ਜਾਗ ਨੂੰ ਸਮਰਪਿਤ ਲਗਾਤਾਰ ਬਾਈ ਮੈਂ ਵਿਸ਼ਾਲ ਦੰਗਲ ਪਾਤਰ ਸੇਵ ਲਾਲ ਦੀ ਮੱਲੀ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਜਿੱਥੇ ਅੱਜ ਇਹ ਛਿੰਦ ਮੇਲੇ ਦਾ ਦੂਸਰਾ ਦਿਨ ਹੈ ਪਟਕੇ ਦੀ ਕੁਸ਼ਤੀ 52,000 ਦੀ ਹੋਣੀ ਹੈ ਪਹਿਲਵਾਨ ਨੋਟ ਕਰ ਲਓ ਜਿਹੜੀ ਪਟਕੇ ਦੀ ਕੁਸ਼ਤੀ ਹੋਣੀ ਫੈਸਲਾ ਜਿੱਤ ਹਾਰ ਦਾ ਹੋਣਾ ਭਲਾ ਰਾਤ ਦੇ 10 ਵਜੇ ਆ ਲਓ ਕਿਉਂਕਿ ਜਿਹੜਾ ਪਹਿਲਵਾਨ ਬਰਾਬਰੀ ਦੇ ਸੁੱਟਦਾ ਉਹਨਾਂ ਕੁਆਟਰ ਫਾਈਨਲ ਦਾ ਹੱਕਦਾ ਨਾ ਸੈਮੀ ਫਾਈਨਲ ਦਾ ਪਰੰਪਾਰ ਕਿਰਪਾ ਇਹਨਾਂ ਪਰਿਵਾਰਾਂ 'ਤੇ ਸੋ ਉਹ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੈ ਸੋ ਧੰਨਵਾਦ ਕਰਦੇ ਹਾਂ ਜੈਪਾਲ ਜੀ ਬਿਜਾੜ ਵੀਰਾਂ ਦਾ ਜਿਨ੍ਹਾਂ ਨੇ ਅੱਜ ਇਸ ਛਿੰਝ ਮੇਲੇ ਦੇ ਇਨਾਮਾਂ ਦੀ ਵੰਡ ਕਰਨੀ ਹੈ ਲਓ ਜੀ ਸਾਡੇ ਕੋਲ ਦਾਨੀ ਵੀਰਾਂ ਦੀਆਂ ਦਾਨੀ ਵੀਰਾਂ ਨੇ ਮਾਇਆ ਦੇ ਕੁਛ ਖੁੱਲ੍ਹੇ ਗੱਫੇ ਦਿੱਤੇ ਛਿੰਝ ਮੇਲੇ ਵਾਸਤੇ ਸਾਡੇ ਨਗਰ ਦੇ ਸਰਪੰਚ ਰਾਮ ਸ਼ਾਹ ਜੀ ਮੀਲੂ 5,100 ਰੁਪਏ ਵਿਜੇ ਕੋਕੋਵਾਲ 2,100 ਰੁਪਏ ਸੋ ਧੰਨਵਾਦ ਕਰਦੇ ਹਾਂ ਸਾਡੇ ਦਾਨੀ ਵੀਰਾਂ ਦਾ ਲੱਖ ਦਾਤਾ ਪੀਰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਇਹਨਾਂ ਪਰਿਵਾਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਦੀ ਯਾਦ ਨੂੰ ਸਮਰਪਿਤ ਬਾਈਵੇਂ ਵਿਸ਼ਾਲ ਦੰਗਲ ਦੇ ਵਿੱਚ ਸਾਡੇ ਅਕਾਲੀ ਦਲ ਬੀਜੇਪੀ ਤੋਂ ਆਏ ਸਾਡੇ ਲੀਡਰ ਸਾਹਿਬਾਨ ਹਰਜੀਤ ਸਿੰਘ ਜੀ ਸਰਪੇਲੇ ਦੀ ਰੌਣਕ ਨੂੰ 4 ਚੰਨ ਲਗਾਏ ਹੈ ਸੋ ਧੰਨਵਾਦ ਕਰਦੇ ਹਾਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਲੀਡਰ ਸਾਹਿਬਾਨਾਂ ਦਾ ਸੋ ਲੱਖਦਾਤਾ ਪੀਰ ਮਹਾਰਾਜ ਇਹਨਾਂ ਦੇ ਪਰਿਵਾਰਾਂ 'ਤੇ ਮਿਹਰ ਭਰਿਆ ਹੱਥ ਰੱਖੇ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਅੰਦਰ ਚੱਲ ਰਹੀ ਹੈ ਇਸ ਤੋਂ ਅਗਲੀ ਕੁਸ਼ਤੀ ਦੇ ਪਹਿਲਵਾਨ ਪਿਆਰ ਵਾਰ ਪਿਆਰ ਹੋ ਕੇ ਖੜ ਕੇ ਲੱਗੇ ਹੋ